ਨੈਕਸਟ ਜਿਹੜਾ ਫੇਜ ਆ ਜਿਹੜਾ ਡਾਕਟਰ ਸਾਹਿਬ ਕਹਿ ਰਿਹਾ ਕਿਸਾ ਸਿਮਰਜੀਤ ਸਿੰਘ ਮਾਨ ਉਹ ਇਲੈਕਸ਼ਨ 'ਚ ਆਏ ਪੂਰਾ ਪੰਜਾਬ ਡਟ ਕੇ ਉਹਨਾਂ ਦੇ ਨਾਲ ਖੜਾ ਕੀ ਵਜ੍ਹਾ ਹੈਗੀ ਹੈ ਕਿ ਨਾ ਸਿਮਰਜੀਤ ਸਿੰਘ ਮਾਨ ਤੇ ਨਾ ਉਹ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕੇ ਤੇ ਫਿਰ ਲੋਕਾਂ ਨੂੰ ਜਿਹੜਾਗਾ ਟ੍ਰੈਡੀਸ਼ਨ ਲੀਡਰਸ਼ਿਪ ਦੀ ਝੋਲੀ 'ਚ ਜਾਣਾ ਪਿਆ ਆਖਰ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਸੀ ਦੇਖੋ ਮੈਨੂੰ ਜਗਤਾਰ ਜੀ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਰੀ ਜਿਹੜੀ ਪੋਲਿਟিক্যাল ਲੀਡਰਸ਼ਿਪ ਜਿਹੜੀ ਮਿਲਿਟੈਂਟਾਂ ਦੀ ਜੋ ਜੋ ਵੀ ਸੋਕਾੜ ਲੀਡਰਸ਼ਿਪ ਅਮਰਜ ਹੋਈ ਉਹਦੇ ਚਬਾਤ ਇਮੋਸ਼ਨਲ ਵੀ ਆਏ ਹਾਂ ਇਮੋਸ਼ਨਲ ਆਊਟਬਰਸ ਵਿੱਚ ਹੋਏ ਓਕੇ ਦੇਖੋ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੇ ਇੱਕ ਮਤਲਬ ਠੱਗੀ ਨੂੰ ਆਰਗੇਨਾਈਜ਼ ਕੀਤਾ ਹੋਇਆ ਇਹਨਾਂ ਕੋਲੇ ਓਡੇ ਵੱਡੇ ਤਜਰਬੇ ਇਸ ਤਰ੍ਹਾਂ ਦੇ ਨਹੀਂ ਸਨ ਇੱਕ ਪੂਰੀ ਦੀ ਪੂਰੀ ਡਿਬੇਟ ਚੱਲਦੀ ਹੈ ਇੱਕ ਇਨਕਲਾਬ ਆਉਣ ਤੋਂ ਪਹਿਲਾਂ ਪੂਰੀ ਇੱਕ ਸੀਰੀਅਸ ਡਿਬੇਟ ਚੱਲਦੀ ਹੈ ਇਹ ਸਾਰੇ ਵਿਚਾਰੇ ਕਿਸੇ ਸੀਰੀਅਸ ਡਿਬੇਟ ਚੋਂ ਇਵਨ ਸਿਮਰਨਜੀਤ ਸਿੰਘ ਮਾਨ ਵੀ ਇੱਕ ਵੱਡੀ ਡਿਬੇਟ ਦੇ ਵਿੱਚੋਂ ਨਹੀਂ ਸੀ ਨਿਕਲੇ ਜਿਵੇਂ ਕਿ ਅਕਾਲੀ ਲੀਡਰਸ਼ਿਪ ਜਿਹੜੀ ਹੈ ਡਿਬੇਟ ਚੋਂ ਨਿਕਲੀ ਹੈ ਔਰ ਮੈਨੂੰ ਲੱਗਦਾ ਕਿ ਇੱਥੇ ਆਣ ਕੇ ਇਹ ਜਿਹੜੀ ਮਿਲਿਟੈਂਟ ਲੀਡਰਸ਼ਿਪ ਵੀ ਹੈ ਜਾਂ ਸਿਮਰਨਜੀਤ ਸਿੰਘ ਮਾਨ ਵੀ ਹੈ ਜਿਹੜੇ ਨੇ ਉਹ ਪੋਲਿਟਿਕਸ ਵਿੱਚ ਪੋਲਿਟਿਕਲ ਲੀਡਰਸ਼ਿਪ ਨਹੀਂ ਕੋਈ ਵੱਡੀ ਮੈਚੂਰ ਲੀਡਰਸ਼ਿਪ ਤਿਆਰ ਨਹੀਂ ਕਰ ਸਕਦਾ ਜੀ ਜੀ ਸਾਖਮ ਸਿੰਘ ਮੈਂ ਵੀ ਇਹ ਜਾਨਣਾ ਚਾਹੁੰਦਾ ਤੁਹਾਡੇ ਕੋਲ ਇਸ ਇਸ਼ੂ ਦੇ ਉੱਤੇ ਵੀ ਕੀ ਜਿਹੜਾ ਮੌਜੂਦਾ ਪ੍ਰਵੰਦਾ ਇਹਦੇ ਵਿੱਚ ਪੋਸੀਬਲ ਹੈਗਾ ਕਿ ਚੇਂਜ ਜਿਹੜੀ ਹੈ ਜਾਂ ਜਿਹੜਾ ਤੁਸੀਂ ਕਹਿੰਦੇ ਕਿ ਲੋਕਾਂ ਦਾ ਵਿਸ਼ਵਾਸ ਗਵਾਇਆ ਜਿਹੜੀਆਂ ਮਿਲਿਟੈਂਟ ਆਰਗੇਨਾਈਜੇਸ਼ਨਾਂ ਜਾਂ ਜਿਹੜੀ ਗਰਮਖੈਲੀ ਲੀਡਰਸ਼ਿਪ ਹੈ ਉਹ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕਰ ਸਕਦੀ ਹੈ ਦੇਖੋ ਮੈਨੂੰ ਜਗਤਾਰ ਜੀ ਲੱਗਦਾ ਹੈ ਕਿ ਠੀਕ ਹੈ ਬਦਲੀਆਂ ਹਾਲਤਾਂ ਜਿਹੜੀਆਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਬਦਲ ਗਈਆਂ ਨੇ ਜੀ ਜੀ ਤੇ ਉਹਨਾਂ ਬਦਲੀਆਂ ਜਾਂ ਹਾਲਤਾਂ ਵਿੱਚ ਨਵੇਂ ਸਰਵੇ ਵਿਚਾਰ ਕਰਨੀ ਚਾਹੀਦੀ ਹੈ ਪਰ ਜਿਸ ਤਰ੍ਹਾਂ ਸਿੱਖਾਂ ਦਾ ਨੁਕਸਾਨ ਹੋਇਆ ਜੀ ਜੀ ਔਰ ਜਿਸ ਤਰ੍ਹਾਂ ਕੇਂਦਰ ਦਾ ਜਿਹੜਾ ਵਤੀਰਾ ਸਿੱਖਾਂ ਪ੍ਰਤੀ ਜਿਹੜਾ ਵਿਸਕਰੇ ਵਾਲਾ ਅਜੇ ਤੱਕ ਚੱਲਿਆ ਆ ਰਿਹਾ ਹੈ ਉਹਦੇ ਵਿੱਚ ਫਿਲਹਾਲ ਇਸ ਤਰ੍ਹਾਂ ਦੀ ਕੋਈ ਗੁੰਜਾਇਸ਼ ਲੱਗਦੀ ਨਹੀਂ ਹੈਗੀ ਸੰਭਵ ਨਹੀਂ ਹੈ ਹਾਂਜੀ ਵੀ ਇਸ ਤਰ੍ਹਾਂ ਇਹ ਮੌਜੂਦਾ ਢਾਂਚੇ ਵਿੱਚ ਸਿੱਖਾਂ ਦੀ ਜਿਹੜੀ ਮਤਲਬ ਆਪਣੀ ਸੁਤੰਤਰ ਜਿਹੜੀ ਹੋਣਦ ਹੈ ਉਹ ਕਾਇਮ ਰੱਖ ਸਕਣ